ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵੀਡੀਓ ਦੇ ਵਿੱਚ USA ਦੇ ਗ੍ਰੀਨ ਕਾਰਡ ਨੂੰ ਲੈ ਕੇ ਜਿਹੜੀ ਲੇਟੈਸਟ ਅਪਡੇਟ ਆ ਰਹੀ ਹੈਗੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ USA ਪਿਛਲੇ ਸਾਲਾਂ ਤੋਂ ਵੱਧ ਇਸ ਸਾਲ 2022 ਦੇ ਵਿੱਚ ਸਭ ਤੋਂ ਜ਼ਿਆਦਾ ਗ੍ਰੀਨ ਕਾਰਡ ਦੇਵੇਗਾ। ਸੋ ਉਹ ਕਿਹੜੇ ਕਿਹੜੇ ਲੋਕ ਹੈਗੇ ਆ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲ ਸਕਦਾ ਹੈਗਾ ਅਤੇ ਕਿੰਨੇ ਗ੍ਰੀਨ ਕਾਰਡ ਇਹ ਇਸ ਸਾਲ ਦੇਵੇਗਾ ਉਹਦੇ ਬਾਰੇ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ, ਜੇਕਰ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਥੱਲੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਕਰੋ। ਸੋ ਸ਼ੁਰੂ ਕਰਦੇ ਹਾਂ। ਸਕਰੀਨ ਉੱਤੇ ਤੁਸੀਂ ਜਿਹੜਾ ਟਵੀਟ ਦੇਖ ਰਹੇ ਹੋ ਜਿਹਦੇ ਵਿੱਚ ਲਿਖਿਆ ਹੈਗਾ ਕਿ ਫਿਸਕਲ ਜੇਅਰ 2022 ਜਿਹੜਾ ਹੈਗਾ USA ਦੇ ਵਿੱਚ ਲਗਭਗ 2,80,000 ਇੰਪਲੋਇਮੈਂਟ ਬੇਸ ਗ੍ਰੀਨ ਕਾਰਡ ਜਿਹੜੇ ਹੈਗੇ ਆ ਉਹ ਅਵੇਲੇਬਲ ਹੈਗੇ ਆ, ਮਤਲਬ ਲਗਭਗ 2,80,000 ਗ੍ਰੀਨ ਕਾਰਡ ਜਿਹੜੇ ਹੈਗੇ ਆ ਉਹ USA ਦੇ ਦੁਆਰਾ ਇੰਪਲੋਇਮੈਂਟ ਬੇਸ ਕੈਟੇਗਰੀ ਦੇ ਥਰੂ ਫਿਸਕਲ ਜੇਅਰ 2022 ਦੇ ਵਿੱਚ ਦਿੱਤੇ ਜਾਣਗੇ। ਐਕਚੁਅਲ ਦੇ ਵਿੱਚ ਜਿਹੜੀ ਇਹਨਾਂ ਦੀ ਲਿਮਿਟ ਜਿਹੜੀ ਹੈਗੀ ਹੈ ਹਰ ਸਾਲ ਇਹ ਅਪਰੋਕਸੀਮੇਟਲੀ 1,40,000 ਇੰਪਲੋਇਮੈਂਟ ਬੇਸ ਇਮੀਗ੍ਰੈਂਟ ਵੀਜ਼ੇ ਇਸ਼ੂ ਕਰਦੇ ਹੈਗੇ ਆ, ਪਰ ਇਸ ਸਾਲ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈਗੀ ਆ, ਲਗਭਗ 2 ਗੁਣਾ ਜਿਹੜੀ ਇਮੀਗ੍ਰੈਂਟ ਵੀਜ਼ੇ ਇਹਨਾਂ ਦੇ ਕੋਲ ਅਵੇਲੇਬਲ ਹੈਗੇ ਆ ਇਸ ਫਿਸਕਲ ਜੇਅਰ ਦੇ ਵਿੱਚ। ਫਿਸਕਲ ਜੇਅਰ ਜਿਹੜਾ ਹੈਗਾ ਮਤਲਬ ਸਾਲ ਜਿਹੜਾ ਇਹਨਾਂ ਦਾ ਸ਼ੁਰੂ ਹੁੰਦਾ ਹੈਗਾ 1 ਅਕਤੂਬਰ ਤੋਂ ਲੈ ਕੇ 30 ਸਪਤੰਬਰ ਤੱਕ, ਮਤਲਬ 1 ਅਕਤੂਬਰ 2021 ਤੋਂ ਲੈ ਕੇ ਸਪਤੰਬਰ 30, 2022 ਦੇ ਦੌਰਾਨ ਕਿਹਾ ਜਾ ਰਿਹਾ ਹੈਗਾ ਕਿ ਇਹਨਾਂ ਦੇ ਕੋਲ ਲਗਭਗ 2,80,000 ਗ੍ਰੀਨ ਕਾਰਡ ਜਿਹੜੇ ਹੈਗੇ ਆ ਜੋ ਕਿ ਅਵੇਲੇਬਲ ਹੈਗੇ ਆ ਜੋ ਇਹ ਇੰਪਲੋਇਮੈਂਟ ਬੇਸ ਕੈਟੇਗਰੀ ਦੇ ਥਰੂ ਦੇਣਗੇ। USCIS ਦੀ ਵੈਬਸਾਈਟ ਤੇ ਵੀ ਇਹਨਾਂ ਨੇ ਅਲਰਟ ਪਾਇਆ ਹੈਗਾ ਕਿ ਅਕਤੂਬਰ 2021 ਤੋਂ ਲੈ ਕੇ ਸਪਤੰਬਰ 2022 ਤੱਕ ਇਹਨਾਂ ਦੇ ਕੋਲ ਕਾਫੀ ਵੱਡੀ ਗਿਣਤੀ ਦੇ ਵਿੱਚ ਇੰਪਲੋਇਮੈਂਟ ਬੇਸ ਵੀਜ਼ੇ ਜਿਹੜੇ ਹੈਗੇ ਆ ਅਵੇਲੇਬਲ ਹੈਗੇ ਆ, ਜਿਨ੍ਹਾਂ ਨੂੰ ਇਹ ਕੋਸ਼ਿਸ਼ ਕਰਨਗੇ ਕਿ ਇਸੇ ਸਾਲ ਇਹ ਸਾਰੇ ਵੀਜ਼ੇ ਜਿਹੜੇ ਹੈਗੇ ਆ ਉਹ ਯੂਜ਼ ਕੀਤੇ ਜਾਣ। ਸੋ ਇੰਪਲੋਇਮੈਂਟ ਬੇਸ ਕੈਟੇਗਰੀ ਜਿਹੜੀ ਹੈਗੀ ਆ ਇਹਦੀਆਂ 5 ਕੈਟੇਗਰੀਆਂ ਹੈਗੀਆਂ EV1 ਤੋਂ ਲੈ ਕੇ EV5 ਤੱਕ। ਸੋ ਇਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਕਿ ਫਸਟ ਪ੍ਰੈਫਰੈਂਸ ਅਤੇ ਸੈਕਿੰਡ ਪ੍ਰੈਫਰੈਂਸ ਕੈਟੇਗਰੀ ਜਿਹੜੀ ਹੈਗੀ ਹੈ, ਮਤਲਬ EV1 ਅਤੇ EV2 ਕੈਟੇਗਰੀ ਜਿਹੜੀ ਹੈਗੀ ਹੈ ਇਹਦੇ ਥਰੂ ਇਹ ਸਭ ਤੋਂ ਜ਼ਿਆਦਾ ਵੀਜ਼ੇ ਜਿਹੜੇ ਹੈਗੇ ਆ ਉਹ ਦੇਣਗੇ। ਸਭ ਤੋਂ ਜ਼ਿਆਦਾ ਵੀਜ਼ੇ ਇਹਨਾਂ ਦੋਨਾਂ ਕੈਟੇਗਰੀਆਂ ਦੇ ਵਿੱਚ ਹੀ ਅਵੇਲੇਬਲ ਹੈਗੇ ਆ। ਸੋ EV1 ਵਿੱਚ ਕਿਹੜੇ ਲੋਕ ਆਉਂਦੇ ਹੈਗੇ ਆ, ਮਤਲਬ ਕਿਹੜੇ ਲੋਕ ਹੈਗੇ ਆ ਜੋ EV1 ਕੈਟੇਗਰੀ ਦੇ ਥਰੂ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਆ, ਅਤੇ EV2 ਦੇ ਵਿੱਚ ਕਿਹੜੇ ਲੋਕ ਆਉਂਦੇ ਹੈਗੇ ਆ ਉਹਦੇ ਬਾਰੇ ਹੁਣ ਅਸੀਂ ਗੱਲ ਕਰਦੇ ਹਾਂ। ਸੋ USCIS ਦੀ ਵੈਬਸਾਈਟ ਦੇ ਉੱਤੇ ਇਹਨਾਂ ਨੇ ਕੈਟੇਗਰੀ ਵਾਈਜ਼ ਜਿਹੜਾ ਦੱਸਿਆ ਹੈਗਾ, ਮਤਲਬ ਕਿਹੜੀ ਕੈਟੇਗਰੀ ਦੇ ਵਿੱਚ ਕਿਹੜੇ ਲੋਕ ਆਉਂਦੇ ਹੈਗੇ ਆ, ਉਹਨਾਂ ਦੀਆਂ ਰਿਕੁਆਇਰਮੈਂਟਾਂ ਕੀ ਹੈਗੀਆਂ, ਕਿਹੜੇ ਕਿਹੜੇ ਡਾਕੂਮੈਂਟਾਂ ਨੂੰ ਸਬਮਿਟ ਕਰਨੇ ਹੈਗੇ ਆ। ਸੋ ਸਾਰਾ ਕੁਛ ਇਹਨਾਂ ਨੇ ਇਹਨਾਂ ਦੀ ਵੈਬਸਾਈਟ ਦੇ ਉੱਤੇ ਦੱਸਿਆ ਹੈਗਾ, ਤੁਸੀਂ USCIS ਦੀ ਵੈਬਸਾਈਟ ਤੇ ਜਾ ਕੇ ਪੂਰੀ ਡਿਟੇਲ ਲੈ ਸਕਦੇ ਹੋ। ਬਾਕੀ ਮੇਨ ਮੇਨ ਜਿਹੜੇ ਪੁਆਇੰਟ ਹੈਗੇ ਆ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਸੋ EV1 ਕੈਟੇਗਰੀ ਜਿਹੜੀ ਹੈਗੀ ਆ, ਜਿਹੜੇ ਲੋਕ ਇਸ ਕੈਟੇਗਰੀ ਦੇ ਥਰੂ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੈਗੇ ਆ, ਜਿਨ੍ਹਾਂ ਦੇ ਕੋਲ ਕੁਛ ਐਕਸਟਰਾ ਆਰਡੀਨਰੀ ਅਬਿਲਿਟੀ ਜਿਨ੍ਹਾਂ ਦੀ ਹੈਗੀ ਆ, ਮਤਲਬ ਕੁਛ ਸਪੈਸ਼ਲ ਗੁਣ ਜਿਨ੍ਹਾਂ ਦੇ ਕੋਲ ਹੈਗੇ ਆ, ਕੁਛ ਵੱਖਰਾ ਜਿਹੜੇ ਲੋਕ ਕਰ ਸਕਦੇ ਹੈਗੇ ਆ, ਆਰਟਸ ਦੇ ਖੇਤਰ ਵਿੱਚ, ਸਾਇੰਸ ਦੇ ਖੇਤਰ ਵਿੱਚ, ਐਜੂਕੇਸ਼ਨ, ਬਿਜ਼ਨਸ ਜਾਂ ਫਿਰ ਐਥਲੈਟਿਕਸ ਦੇ ਖੇਤਰ ਦੇ ਵਿੱਚ, ਉਹ ਲੋਕ ਇਸ EV1 ਕੈਟੇਗਰੀ ਦੇ ਥਰੂ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੈਗੇ ਆ। ਉਸ ਤੋਂ ਇਲਾਵਾ ਪ੍ਰੋਫੈਸਰ ਜਿਹੜੇ ਹੈਗੇ ਆ ਜਾਂ ਫਿਰ ਰਿਸਰਚਰ ਜਿਹੜੇ ਹੈਗੇ ਆ ਜਾਂ ਫਿਰ ਜਿਹੜੇ ਲੋਕ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਮੈਨੇਜਰ ਹੈਗੇ ਆ ਜਾਂ ਫਿਰ ਐਗਜੀਕਿਊਟਿਵ ਲੈਵਲ ਦੇ ਉੱਤੇ ਜਿਹੜੇ ਲੋਕ ਕੰਮ ਕਰਦੇ ਹੈਗੇ ਆ ਉਹ ਵੀ ਇਸ ਕੈਟੇਗਰੀ ਦੇ ਥਰੂ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੈਗੇ ਆ। ਬਾਕੀ ਹੋਰ ਵੀ ਉਹਨਾਂ ਦੀਆਂ ਅਲੱਗ ਅਲੱਗ ਰਿਕੁਆਇਰਮੈਂਟਾਂ ਜਿਹੜੀਆਂ ਹੈਗੀਆਂ, ਕਿਹੜੇ ਡਾਕੂਮੈਂਟ ਤੁਸੀਂ ਇਹਨਾਂ ਨੂੰ ਸਬਮਿਟ ਕਰ ਸਕਦੇ ਹੋ, ਸੋ ਸਾਰੀ ਡਿਟੇਲ ਤੁਸੀਂ USCIS ਦੀ ਵੈਬਸਾਈਟ ਤੇ ਜਾ ਕੇ ਲੈ ਸਕਦੇ ਹੋ। ਬਾਕੀ ਜੇਕਰ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਇਸ ਕੈਟੇਗਰੀ ਦੇ ਥਰੂ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੋ, ਤੁਸੀਂ ਐਲੀਜੀਬਲ ਹੋ, ਤਾਂ ਤੁਸੀਂ ਕੋਈ ਵਧੀਆ ਜਿਹੇ ਵਕੀਲ ਦੇ ਨਾਲ ਸੰਪਰਕ ਜ਼ਰੂਰ ਕਰੋ ਅਤੇ ਇਸ ਕੈਟੇਗਰੀ ਦੇ ਥਰੂ ਤੁਸੀਂ ਗ੍ਰੀਨ ਕਾਰਡ ਜਿਹੜਾ ਹੈਗਾ USA ਦੇ ਵਿੱਚ ਅਪਲਾਈ ਕਰ ਸਕਦੇ ਹੋ। EV2 ਕੈਟੇਗਰੀ ਜਿਹੜੀ ਹੈਗੀ ਹੈ, ਜਿਹੜੇ ਲੋਕ ਇਸ ਕੈਟੇਗਰੀ ਦੇ ਥਰੂ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਆ, ਜਿਨ੍ਹਾਂ ਦੇ ਕੋਲ ਐਡਵਾਂਸ ਡਿਗਰੀ ਹੈਗੀ ਹੈ। ਇਸ ਤੋਂ ਇਲਾਵਾ ਕੁਛ ਹੋਰ ਜਿਹੜੀਆਂ ਇਹਨਾਂ ਦੀਆਂ ਰਿਕੁਆਇਰਮੈਂਟ ਹੈਗੀਆਂ ਜਿਹੜੀਆਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਪੜ੍ਹ ਸਕਦੇ ਹੋ। ਉਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈਗਾ ਕਿ ਜਿਨ੍ਹਾਂ ਲੋਕਾਂ ਕੋਲ ਐਕਸੈਪਸ਼ਨਲ ਅਬਿਲਿਟੀ ਹੈਗੀ ਹੈ, ਮਤਲਬ ਜਿਹੜੇ ਲੋਕ ਵੀ ਆਪਣੇ ਫੀਲਡ ਦੇ ਵਿੱਚ ਕੁਛ ਅਲੱਗ ਕਰ ਰਹੇ ਹੈਗੇ ਆ, ਕੁਛ ਵੱਖਰਾ ਕਰ ਰਹੇ ਹੈਗੇ ਆ, ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੈਗੇ ਆ ਇਸ ਕੈਟੇਗਰੀ ਦੇ ਥਰੂ। ਮਤਲਬ ਪੜ੍ਹੇ ਲਿਖੇ ਲੋਕ ਜਿਹੜੇ ਹੈਗੇ ਆ, ਐਜੂਕੇਟਡ ਲੋਕ ਜਿਹੜੇ ਹੈਗੇ ਆ, ਉਹ ਇਹਨਾਂ ਕੈਟੇਗਰੀ ਦੇ ਥਰੂ USA ਦੇ ਵਿੱਚ ਗ੍ਰੀਨ ਕਾਰਡ ਅਪਲਾਈ ਕਰਕੇ ਆ ਸਕਦੇ ਹੈਗੇ ਆ, ਜਿਨ੍ਹਾਂ ਦੇ ਆਉਣ ਦੇ ਨਾਲ, ਜਿਨ੍ਹਾਂ ਦੇ USA ਦੇ ਵਿੱਚ ਕੰਮ ਕਰਨ ਦੇ ਨਾਲ USA ਨੂੰ ਕੁਛ ਫਾਇਦਾ ਹੋਵੇ। ਸੋ ਇਹ ਦੋ ਜਿਹੜੀਆਂ ਇੰਪਲੋਇਮੈਂਟ ਬੇਸ ਕੈਟੇਗਰੀਆਂ ਜਿਹੜੀਆਂ ਹੈਗੀਆਂ EV1 ਅਤੇ EV2 ਕੈਟੇਗਰੀ ਜਿਹੜੀ ਹੈਗੀ ਹੈ, ਜਿਹਦੇ ਰਾਹੀਂ ਇਸ ਸਾਲ ਇਹ ਸਭ ਤੋਂ ਜ਼ਿਆਦਾ ਇਮੀਗ੍ਰੈਂਟ ਵੀਜ਼ੇ ਇਸ਼ੂ ਕਰਨਗੇ। ਸੋ ਜੇਕਰ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਕਿਸੇ ਵੀ ਕੈਟੇਗਰੀ ਦੇ ਵਿੱਚ ਫਿੱਟ ਬੈਠਦੇ ਹੋ, ਤੁਸੀਂ ਐਲੀਜੀਬਲ ਹੋ ਕਿਸੇ ਵੀ ਕੈਟੇਗਰੀ ਦੇ ਰਾਹੀਂ ਗ੍ਰੀਨ ਕਾਰਡ ਅਪਲਾਈ ਕਰਨ ਵਾਸਤੇ, ਤਾਂ ਤੁਸੀਂ ਹੁਣ ਜਿਹੜਾ ਮੌਕਾ ਹੈਗਾ ਤੁਹਾਡੇ ਕੋਲ ਅਪਲਾਈ ਕਰਨ ਦਾ। ਬਾਕੀ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ USCIS ਦੀ ਵੈਬਸਾਈਟ 'ਤੇ ਜਾ ਕੇ ਪੂਰੀ ਡਿਟੇਲ ਲੈ ਸਕਦੇ ਹੋ ਜਾਂ ਫਿਰ ਕਿਸੇ ਵਕੀਲ ਦੇ ਨਾਲ ਤੁਸੀਂ ਸੰਪਰਕ ਜੋ ਹੈ ਕਰ ਸਕਦੇ ਹੋ।
ਸੋ ਅੱਜ ਵਾਸਤੇ ਇੰਨਾ ਹੀ, ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਔਰ ਚੈਨਲ ਨੂੰ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਥੱਲੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।